ਆ ਜਿਹੜੀ ਕਾਨਫਰੰਸ ਕੀਤੀ ਗਈ ਕੀ ਕਹਿਣਾ ਚਾਹੋਗੇ? ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਰੱਖਿਆ, ਤੁਹਾਡਾ ਥਰਨਾ ਪਿਆ ਧੰਨਵਾਦ, ਕਿਉਂਕਿ ਅਸੀਂ ਜੰਡਿਆਲਾ ਗੁਰੂ ਨਗਰ ਕੌਂਸਲ ਦੇ ਜਿਹੜੀ ਇਲੈਕਸ਼ਨਾਂ ਦੇ ਵਿੱਚ ਪਹਿਲਾਂ 8 ਉਮੀਦਵਾਰ ਅਸੀਂ ਅਨਾਊਂਸ ਕੀਤੇ ਸੀ ਪਿਛਲੇ ਦਿਨ, ਉਹਨਾਂ ਨੂੰ ਅਸੀਂ ਡੋਰ ਬਾਈ ਡੋਰ ਜਿਹੜਾ ਉਹ ਕੰਮ ਅਸੀਂ ਕਰ ਰਹੇ ਹਾਂ। ਕੱਲ੍ਹ ਕੁਝ ਸਾਥੀਆਂ ਨੇ ਅਕਾਲੀ ਦਲ ਦੇ ਬੈਨਰ 'ਤੇ ਟਿਕਟਾਂ ਅਨਾਊਂਸ ਕੀਤੀਆਂ, ਔਰ ਮੈਂ ਸਮਝਦਾ ਵੀ ਜਿਹੜੇ ਜਿੰਨੇ ਵੀ ਬੈਠੇ ਆ ਇੱਥੇ, ਇਹ ਪੁਰਾਤਨ ਅਕਾਲੀ, ਕਿਸੇ ਦੇ 20 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ 'ਚ ਕੰਮ ਕੀਤਾ, ਕਿਸੇ ਨੇ 25 ਸਾਲ ਤੋਂ ਕੰਮ ਕੀਤਾ, ਕਿਸੇ ਨੇ 30 ਸਾਲ ਤੋਂ ਕੀਤਾ। ਸਰਕਾਰਾਂ ਦੀਆਂ ਜਿੰਨੀਆਂ ਵੀ ਇਲੈਕਸ਼ਨਾਂ ਆਈਆਂ, ਜਿੰਨੇ ਵੀ ਪ੍ਰੋਗਰਾਮ ਆਏ, ਮੋਰਚੇ ਲੱਗੇ, ਇਹ ਸਾਰੇ ਵੀਰ ਉਹ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰੋਗਰਾਮ 'ਤੇ ਪਹਿਰਾ ਦੇਣ ਵਾਲੇ। ਪਰ ਕੁਛ ਲੋਕ ਉਸ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਹਮੇਸ਼ਾ ਹੀ ਮੌਕਾ ਪ੍ਰਸਤੀ ਨੂੰ ਦੇਖਦਿਆਂ ਆਪਣੀਆਂ ਪਾਲਟੀਆਂ ਚੇਂਜ ਕੀਤੀਆਂ, ਆਪਣੇ ਸਵਾਰਥਾਂ ਵਾਸਤੇ, ਆਪਣੇ ਕਾਰੋਬਾਰਾਂ ਵਾਸਤੇ ਸਿਆਸੀ ਲਾਹੇ ਲੈ ਕੇ ਆਪਣੇ ਕਾਰੋਬਾਰ ਨੂੰ ਪ੍ਰਫੁੱਲਤ ਕੀਤਾ। ਅੱਜ ਉਹ ਲੋਕ ਫਿਰ ਅਕਾਲੀ ਦਲ ਦੇ ਬੈਨਰ ਨੂੰ ਯੂਜ ਕਰਦੇ ਆ, ਜੋ ਨਾ ਕਦੀ ਕਾਂਗਰਸ ਦੇ ਹੋਏ, ਨਾ ਉਹ ਅਕਾਲੀਆਂ ਦੇ ਰਹਿਣਗੇ। ਕਈ ਵਾਰੀ ਉਹਨਾਂ ਪਾਲਟੀਆਂ ਬਦਲੀਆਂ ਅਤੇ ਕਈ ਵਾਰੀ ਉਹਨਾਂ ਨੇ ਲੀਡਰ ਚੇਂਜ ਕੀਤੇ, ਉਹਦੇ ਆ ਲੀਡਰ ਐਂ ਚੇਂਜ ਕਰ ਲੈਣਾ ਜਿਵੇਂ ਆਪਣੇ ਚਿਰ 'ਚ ਆਪਾਂ ਆ ਕੋਟ ਨਹੀਂ ਲਾ ਸਕਦੇ, ਜਿੰਨੇ 'ਚ ਉਹ ਆਪਣੇ ਲੀਡਰ ਬਦਲ ਲੈਂਦੇ ਆ। ਸੋ ਜਿਹੜੇ ਅਸੀਂ ਜਿੰਨੇ ਵੀ ਉਮੀਦਵਾਰ ਖਿਲਾਰੇ ਆ, 8 ਅਨਾਊਂਸ ਕੀਤੇ ਸੀ, ਬਾਕੀ ਅਸੀਂ 30 ਤੋਂ ਪਹਿਲਾਂ ਸਾਰੇ ਅਨਾਊਂਸ ਕਰ ਦੇਣੇ ਆ। ਔਰ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਰਹਿਨਮਾਈ ਹੇਠ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵੀਰ ਪ੍ਰਧਾਨ ਨੇ, ਉਹਨਾਂ ਦੀ ਰਹਿਨਮਾਈ ਹੇਠ ਅਸੀਂ ਸਾਰੇ 15 ਵਾਰਡਾਂ ਤੋਂ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਲੋਕਾਂ ਦੇ ਸਮਾਜ ਸੇਵਕ ਸਮੋਚਿਆਂ 'ਚ ਲੋਕਾਂ ਨੂੰ ਆਪਣੀ ਸੇਵਾ ਦੇਣ ਵਾਲੇ ਜਿਹੜੇ ਉਮੀਦਵਾਰ ਆ ਉਹ ਸਾਰੇ ਦਿੱਤੇ ਆ। ਔਰ ਇਹ ਇਹਨਾਂ 'ਚੋਂ ਇੱਕ ਵੀ ਉਮੀਦਵਾਰ ਇਹੋ ਜਿਹਾ ਨਹੀਂ ਹੋਊਗਾ ਜਿਹੜਾ ਬੰਦਾ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੋਊਗਾ ਜਾਂ ਕੋਈ ਉਹਦੇ ਵਿੱਚ ਕਿਸੇ ਸਪੋਰਟ ਕਰਦਾ ਹੋਊਗਾ। ਸਾਡੇ ਉਮੀਦਵਾਰ ਸਾਰੇ ਆਪਣੇ ਕਾਰੋਬਾਰੀ ਬੰਦੇ ਆ, ਸਾਰੇ ਆਪਣੇ ਵੈਲ ਸੈਟਲ ਬੰਦੇ ਆ, ਜਿਹੜੇ ਆਪਣਾ ਕਾਰੋਬਾਰ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਇਹ ਸ਼ੌਂਕ ਆ, ਇਹ ਸਮਾਜ ਸੇਵਾ ਕਰਨ ਦਾ ਸ਼ੌਂਕ ਆ, ਇਹ ਸਾਰੇ ਉਮੀਦਵਾਰ ਅਸੀਂ ਦਿੱਤੇ ਆ। ਔਰ ਮੈਂ ਸਪਸ਼ਟ ਕਰਨਾ ਚਾਹੁੰਦਾ ਵੀ ਜਿਹੜੇ ਲੋਕ ਅਕਾਲੀ ਦਲ ਦਾ ਬੈਨਰ ਯੂਜ ਕਰਕੇ ਦੂਜੀਆਂ ਪਾਰਟੀਆਂ ਵਿੱਚੋਂ ਕਈ ਵਾਰੀ ਆਏ ਅਤੇ ਕਈ ਵਾਰੀ ਕੱਢੇ ਗਏ, ਉਹਨਾਂ ਨੂੰ ਸੁਚੇਤ ਕਰਨਾ ਚਾਹੁੰਦਾ ਵੀ ਤੁਹਾਡਾ ਹੁਣ ਸਮਾਂ ਖਤਮ ਹੋ ਗਿਆ। ਜੰਡਿਆਲੇ ਦੇ ਲੋਕ ਇਹ ਜਿੰਨੇ ਵੀ ਆ, ਇਹ ਸ਼੍ਰੋਮਣੀ ਅਕਾਲੀ ਦਲ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ, ਉਹਨਾਂ ਨੇ ਜੋ ਵੀ ਪੰਜਾਬ ਦਾ ਵਿਕਾਸ ਕੀਤਾ, ਉਹਨਾਂ ਦੇ ਵਿਕਾਸ ਦੇ ਕੰਮ ਦੇ ਉੱਤੇ ਇਹ ਮੋਹਰ ਲਾਉਣਗੇ। ਬਾਕੀ ਜਿਹੜੀਆਂ ਇੱਥੇ ਕਾਂਗਰਸ ਪਾਰਟੀ ਨੇ ਪਿਛਲੇ 4 ਸਾਲ 'ਚ ਕੁਛ ਨਹੀਂ ਕੀਤਾ ਉਹ ਆਪਾਂ ਸਾਰੇ ਜਾਣਦੇ ਹੀ ਹਾਂ। ਮੈਂ ਪਰਸੋਂ ਹੀ ਪਿਛਲੇ ਵਕਤ ਹੀ ਇਸ ਵਾਰਡ 'ਚ ਗਿਆ, ਸਮਝ 8 ਨੰਬਰ ਵਾਰਡ 'ਚ ਗਿਆ ਸੀ, ਉੱਥੇ ਮੈਨੂੰ ਬੜੀ ਸ਼ਰਮ ਆਈ ਵੀ ਇੰਨੇ ਨੇ ਡੂੰਘਾ ਪਿਆ ਉੱਥੇ ਸੀ। ਉਹ ਬੀਜੇਪੀ ਦੀ ਸਾਡੀ ਆਪ ਲੇਡੀਜ਼ ਪ੍ਰਧਾਨ ਜਿਨ੍ਹਾਂ ਨੇ ਕਿਸਾਨ ਮੋਰਚੇ ਦੇ ਹਮਾਇਤ ਦੇ ਵਿੱਚ ਆਪਣਾ ਅਸਤੀਫਾ ਦਿੱਤਾ ਸੀ, ਉਹਨਾਂ ਨੇ ਸ਼੍ਰੋਮਣੀ ਅਕਾਲੀ ਜੁਆਇਨ ਕਰਾਇਆ ਸੀ। ਉਸ ਵੇਲੇ ਮੈਂ ਘਰ ਗਿਆ ਅਤੇ ਬੜਾ ਮੈਨੂੰ ਸ਼ਰਮ ਆਈ ਵੀ ਯਾਰ ਇੰਨੀਆਂ ਵੱਡੀਆਂ ਸਰਕਾਰਾਂ ਇੱਥੇ ਬਈਆਂ ਹੋਣ, ਆਪਣੇ ਆਪ ਨੂੰ ਦੋ ਪ੍ਰਧਾਨ ਕਹਿੰਦੇ ਵੀ ਅਸੀਂ ਬੜੇ ਰੱਜੇ ਪੁੱਜੇ ਪ੍ਰਧਾਨ ਆ, ਉੱਥੇ ਇੰਨੇ ਨੇ ਟੋਏ ਪਏ ਆ, 12-12 ਫੁੱਟ ਡੂੰਘੇ ਡੂਏ ਟੋਏ ਆ। ਉੱਥੇ ਸਾਡੀਆਂ ਧੀਆਂ, ਸਾਡੀਆਂ ਬੱਚੀਆਂ, ਸਾਡੇ ਬੱਚੇ ਸਕੂਲਾਂ ਜਾਣ ਵਾਲੇ, ਉੱਥੇ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਇਹਨਾਂ ਲੋਕਾਂ ਨੂੰ ਕਿ ਅਸੀਂ ਯਾਰ ਕੰਮ ਤਾਂ ਕੀਤਾ ਕੁਛ ਨਹੀਂ, ਅਸੀਂ ਵੋਟਾਂ ਕਿਸ ਕਸ ਕੇ ਮੰਗਦੇ ਹਾਂ। ਸੋ ਮੈਂ ਜਿੱਥੇ ਅੱਜ ਆਪਣਾ ਇਹ ਆਸ ਰੱਖਦਾ ਕਿ ਜੰਡਿਆਲੇ ਦੇ ਲੋਕ ਸਾਡੇ ਜਿਹੜੇ ਜਿੰਨੇ ਵੀ ਉਮੀਦਵਾਰ ਆ ਉਹਨਾਂ ਨੂੰ ਪਿਆਰ ਸਤਿਕਾਰ ਦੇ ਕੇ ਕੌਂਸਲਰ ਬਣਾਉਣਗੇ, ਔਰ ਜੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਤੀ ਲੋਕਾਂ ਨੇ ਪਿਆਰ ਕੀਤਾ, ਜਿਹੜੀਆਂ ਇਹ ਮੁਸ਼ਕਲਾਂ ਅਸੀਂ ਨਹੀਂ ਆਉਣ ਦੇਵਾਂਗੇ। ਔਰ ਮੇਰਾ ਮੈਂ ਆਪ ਪਿਛਲੇ 10 ਸਾਲ ਫੂਡ ਮਹਿਕਮੇ ਪੰਸਲ ਦਾ ਚੇਅਰਮੈਨ ਰਿਹਾ, ਔਰ ਮੈਂ ਉਸ ਵੇਲੇ ਵੀ ਇਸ ਜੰਡਿਆਲੇ ਸ਼ਹਿਰ ਦੇ ਵਿੱਚ ਤਕਰੀਬਨ 10,000 ਮੈਂ ਕਾਰਡ ਬਣਾਇਆ ਗਰੀਬ ਲੋਕਾਂ ਦਾ, ਔਰ ਮੈਂ ਉਹ ਆਪਾਂ ਲੋਕਾਂ ਨੂੰ ਹੌਕਾ ਦੇਣਾ ਅੱਜ ਵੀ ਦਊਂਗਾ। ਜਿਵੇਂ ਮੈਂ ਅੱਗੇ ਐਜ ਏ ਚੇਅਰਮੈਨ ਹੁੰਦਾ ਜਾਂ MLA ਹੁੰਦਾ ਇੱਥੇ ਮੈਂ ਕੰਮ ਕੀਤਾ, ਆਉਣ ਵਾਲੇ ਸਮੇਂ 'ਚ ਆਪਣੇ ਆਪ ਸਾਥੀਆਂ ਦੇ ਮੈਂ ਪਿੱਠ 'ਤੇ ਖੜ੍ਹਾ,
ਜਿਵੇਂ ਜਿਵੇਂ ਇਹ ਹੁਕਮ ਕਰੀ ਜਾਣਗੇ, ਜਿਵੇਂ ਜਿਵੇਂ ਸੇਵਾ ਦਾ ਮੈਨੂੰ ਕਹਿਣਗੇ, ਮੈਂ ਇਹਨਾਂ ਨਾਲ ਖੜ੍ਹਾਂ, ਸਰਕਾਰਾਂ 'ਚ ਵੀ ਉੱਦਾਂ ਵੀ, ਔਰ ਸਰਦਾਰ ਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਰਹਿਨਮਾਈ ਹੇਠ ਅਸੀਂ ਜੰਡਿਆਲੇ ਦੀ ਨੁਹਾਰ ਬਦਲੀ ਹਾਂ, ਔਰ ਜਿੱਥੇ ਇੱਕ ਕੋਟ ਚੰਬੜਿਆ ਜੰਡਿਆਲੇ ਦਾ, ਇਹ ਜਿਹੜੇ ਜਿਹੜੇ ਲੋਕ ਐਸੇ ਆ ਜਿਹੜੀਆਂ ਦਲ ਬਦਲੂਨ ਦੀਆਂ ਗੱਲਾਂ, ਅੱਜ ਮੌਕਾ ਪ੍ਰਸਤੀ ਲੋਕ ਆ, ਉਹਨਾਂ ਨੂੰ ਠੱਲ ਪਾਉਣ ਵਾਸਤੇ ਇੱਕਜੁੱਟ ਹੋ ਕੇ ਅਸੀਂ ਸਾਰੇ ਇਸ ਇਲੈਕਸ਼ਨ ਦੇ ਵਿੱਚ ਅਸੀਂ ਯੋਗਦਾਨ ਪਾਉਣਾ। ਸੋ ਹੁਣ ਮੇਰੇ ਸਾਥੀ ਉਮੀਦਵਾਰ ਸਰਾਰ ਹਰਪ੍ਰੀਤ ਸਿੰਘ ਜੀ, ਉਹ 2 ਮਿੰਟ ਲਈ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਗੇ। ਅੱਜ ਦੀ ਕਾਨਫਰੰਸ ਕਰਨ ਦਾ ਕੀ ਮਕਸਦ ਹੈਗਾ ਜੀ? ਅੱਜ ਕਾਨਫਰੰਸ ਕਰਨ ਦਾ ਸਾਡਾ ਮਤਲਬ ਇਹ ਸੀ ਕਿ ਕੱਲ੍ਹ ਕੁਛ ਲੋਕਾਂ ਨੇ ਇੱਥੇ ਆਪਣੇ ਉਮੀਦਵਾਰ ਅਨਾਊਂਸ ਕੀਤੇ ਆ, ਜਿਨ੍ਹਾਂ ਨੂੰ ਅਕਾਲੀ ਦਲ ਦੇ ਬੈਨਰ ਦਾ ਕਹਿੰਦੇ ਆ, ਕਿਉਂਕਿ ਉਹ ਲੋਕ ਨੇ ਜਿਹੜੇ ਲੋਕ ਕਈਆਂ ਪਾਰਟੀਆਂ ਬਦਲ ਕੇ, ਜਿਨ੍ਹਾਂ ਦਾ ਕੋਈ ਇੱਕ ਪਾਰਟੀ ਨਹੀਂ, ਉਹ ਮੌਕਾ ਪ੍ਰਸਤ ਆਦਮੀ ਆ, ਉਹਨਾਂ ਦੇ ਵਿੱਚੋਂ ਭਾਵੇਂ ਉਹ ਪ੍ਰਧਾਨ ਰਹੇ ਆ, ਉਹਨਾਂ ਨੇ ਅੱਜ ਕਾਂਗਰਸ ਪਾਰਟੀ, ਕੱਲ੍ਹ ਅਕਾਲੀ ਪਾਰਟੀ, ਫਿਰ ਅੱਜ ਕੱਲ੍ਹ ਕਾਂਗਰਸ ਨੇ ਘਟਣਾ, ਅੱਜ ਫਿਰ ਅਕਾਲੀ ਦਲ ਦੇ ਵਿੱਚ ਆ ਗਏ। ਪਰ ਉਹਨਾਂ ਦਾ ਕਹਿਣਾ ਵਾ ਕਿ ਅਸਲ ਅਕਾਲੀ ਦਲ ਜਿਹੜੇ ਆ ਅਸੀਂ ਹਾਂ, ਬਾਕੀ ਤਾਂ ਅਖੌਤੀ ਅਕਾਲੀ ਦਲ ਨੇ, ਦੂਸਰੀ ਪਾਰਟੀ ਜਿਹੜੀ ਅਖੌਤੀ। ਦੇਖੋ, ਅਜੇਪਾਲ ਸਿੰਘ ਮੀਰਾਂ ਕੋਲ ਨੂੰ ਇਹਨਾਂ ਲੋਕਾਂ ਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਜੱਗ ਜਾਣਦਾ ਕਿ ਸਾਡੀਆਂ 2 ਪੁਸ਼ਤਾਂ ਜਿਹੜੀਆਂ ਸ਼੍ਰੋਮਣੀਆਂ ਅਕਾਲੀ ਦੇ, ਮੇਰੇ ਪਿਤਾ ਜੀ ਦੇ ਬਾਰੇ, ਮੇਰੇ ਬਾਰੇ, ਕਿਉਂਕਿ ਜਿਹੜਾ ਬੰਦਾ 1997 'ਚ ਉੱਥੇ MLA ਰਿਹਾ, ਮੇਰੇ ਸਾਥੀ ਆ ਆਹ ਸੁਰਿੰਦਰ ਸਿੰਘ ਚੰਦੀ ਹੁਣੇ ਬੈਠੇ, ਪੁਰਾਣੇ ਸਾਥੀ ਮੇਰੇ, ਜਿਨ੍ਹਾਂ ਨੇ ਮੇਰੇ ਨਾਲ ਉਸ ਵੇਲੇ ਕੰਮ ਕੀਤਾ। ਉਸ ਤੋਂ ਬਾਅਦ ਹਰਪ੍ਰੀਤ ਬਬਲੂ ਹੁਣੇ 90 ਤੋਂ ਕੰਮ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ, ਆਹ ਸੋਨੂ, ਇਹ ਸਾਰੇ ਜਿਹੜੇ ਬੰਦੇ ਮੇਰੇ ਨਾਲ ਬੈਠੇ ਆ, ਇਹ ਆਪਣੇ ਹਾਂਜੀ ਸਲਵਿੰਦਰ ਸਿੰਘ ਜੀ, ਇਹ ਜਿੰਨੇ ਲੋਕ ਬੈਠੇ ਆ, ਇਹ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਆ, ਜਿਨ੍ਹਾਂ ਨੇ ਅਕਾਲੀ ਦਲ ਵਾਸਤੇ ਕਈ ਮੋਰਚਿਆਂ 'ਚ, ਕਈ ਸਾਡੇ ਜਿਹੜੇ ਹੈਗੇ ਸੀ ਧਰਨਿਆਂ 'ਚ, ਮੋਰਚਿਆਂ 'ਚ, ਔਰ ਜਿਹੜੀਆਂ ਇਲੈਕਸ਼ਨਾਂ ਲੜੀਆਂ ਜਿਮਣੀ ਚੋਣਾਂ ਵਿੱਚ ਜਾ ਕੇ, ਇਹਨਾਂ ਬੰਦਿਆਂ ਨੇ ਦਿੱਲੀ ਜਾ ਕੇ, ਹੋਰ ਜਗ੍ਹਾ ਜਾ ਕੇ ਆਪਣੀ ਮਿਹਨਤ ਲਾਈ ਆ। ਇਹ ਲੋਕ ਤਾਂ ਉਹ ਵਾ ਜਿਹੜੇ ਸ਼ੇਖੂਪੁਰਾ ਮੁਹੱਲੇ ਵਿੱਚੋਂ ਬੰਦਾ ਫੜਾ ਕੇ ਅਤੇ ਮੁੜ ਕੇ ਉਹਨਾਂ 'ਚ ਪਰਚੇ ਕਰਾ ਕੇ ਅਤੇ ਮੁੜ ਕੇ ਪੈਸੇ ਲੈਂਦੇ ਆ। ਇਹ ਅੱਜ ਸਭ ਜੱਗ ਜਾਣਦਾ, ਮੈਂ ਨਹੀਂ, ਮੇਰੇ ਕਹਿੰਦੇ, ਤੁਸੀਂ ਆਪ ਜਾਣਦੇ ਹੋ। ਇਹ ਲੋਕ ਇਹ ਲੋਕ ਵਾ ਜਿਨ੍ਹਾਂ ਨੇ ਲੋਕਾਂ ਨੇ ਇਹ ਜੰਡਿਆਲੇ ਨੂੰ ਨਰਕ ਬਣਾ ਤਾ। ਮੈਨੂੰ ਮੈਂ ਲੰਮੇ ਸਮੇਂ ਤੋਂ ਬਾਅਦ ਮੈਂ ਫਿਰ ਜੰਡਿਆਲਾ ਸ਼ਹਿਰ ਘੁੰਮਿਆ, ਪਰ ਮੈਨੂੰ ਇਹ ਗੱਲ ਸ਼ਰਮ ਆਈ ਵੀ ਯਾਰ ਇਹ ਕੈਸਾ ਮਾਹੌਲ ਬਣਾ ਤਾ ਇਹਨਾਂ ਨੇ, ਇਹਦਾ ਤਾਂ ਪਾਕਿਸਤਾਨ ਵਾਂਗੂ ਬਣਾ ਤਾ ਜੰਡਿਆਲੇ ਸ਼ਹਿਰ ਨੂੰ, ਵੀ ਇੱਥੇ ਹਰ ਨਸ਼ਾ ਮਿਲ ਜਾਂਦਾ ਅਵੇਲੇਬਲ ਇੱਥੇ। ਸੋ ਇਹ ਲੋਕ ਮੈਨੂੰ ਕਹਿੰਦੇ ਲੋਕ ਨਹੀਂ, ਲੋਕ ਦੱਸਣਗੇ 14 ਤਰੀਕ ਨੂੰ ਵੀ ਅਕਾਲੀ ਕੌਣ ਆ ਅਤੇ ਫਿਰਕਾ ਪ੍ਰਸਤ ਕੌਣ ਆ। ਸੋ ਇਹ ਮੇਰੇ ਕਹਿਣ ਦੀ ਲੋੜ ਨਹੀਂ। ਜੇ ਦੋਨੋਂ ਹੀ ਅਕਾਲੀ ਆ ਤਾਂ ਫਿਰ 2 ਧੜਿਆਂ ਦੇ ਵਿੱਚ ਕਿਉਂ? ਇਹ ਉਹਨਾਂ ਨੂੰ ਪੁੱਛੋ, ਇਹ ਸਵਾਲ ਦਾ ਮੈਂ ਜਵਾਬ ਦਊਂਗਾ, ਉਹ ਦੇਣਗੇ। ਉਹ ਤਾਂ ਕਹਿੰਦੇ ਆ ਜੀ ਅਸੀਂ ਪਿਓਰ ਅਕਾਲੀ ਹਾਂ, ਮਲਕੀਤ ਸਿੰਘ AR ਨੇ ਵੀ ਕਿਹਾ ਕਿ ਅਸੀਂ ਅਕਾਲੀ ਹਾਂ ਅਤੇ ਅਸੀਂ ਜਿਹੜੀ ਆ ਮਜੀਠੀਆ ਸਾਹਿਬ ਦੀ ਰਹਿਨਮਾਈ ਹੇਠ ਜਿਹੜੀ ਆ ਇਲੈਕਸ਼ਨ ਲੜਾਂਗੇ। ਮੈਂ ਕਿਸੇ ਲੀਡਰ ਦਾ ਨਾਂ ਨਹੀਂ ਲਊਂਗਾ, ਮੈਂ ਗੱਲ ਕਹਿੰਦਾ ਵੀ ਮਲਕੀਤ ਸਿੰਘ ਠੀਕ ਆ, ਕਹਿੰਦਾ ਮੈਂ ਉਹਨੂੰ ਤਾਂ ਅੱਜ ਤੱਕ ਇਹ ਨਹੀਂ ਪਤਾ ਵੀ MLA ਵੱਡਾ ਹੁੰਦਾ KR ਵੱਡਾ ਹੁੰਦਾ, ਉਹਨੂੰ ਉਹਨੂੰ ਕੀ ਪਤਾ ਅਕਾਲੀ ਕਿਉਂ ਦੇ ਆ, ਜਿਹੜੇ ਬੰਦੇ ਨੂੰ ਇਹ ਨਹੀਂ ਪਤਾ MLA ਦੇ AR 'ਚ ਫਰਕ ਕੀ ਆ, ਉਹ ਉਹਨੂੰ ਵੀ ਪੁੱਛੋ ਤੁਸੀਂ, ਉਹਨੂੰ ਅੱਜ ਤੱਕ ਇਹ ਸਮਝ ਨਹੀਂ ਆਈ 5 ਸਾਲ MLA ਰਹਿ ਰਿਹਾ ਵੀ ਪ੍ਰੋਟੋਕੋਲ ਅਨੁਸਾਰ MLA ਚੀਫ ਸੈਕਟਰੀ ਦੀ ਪਾਵਰ ਰੱਖਦਾ ਵਾ, AR ਤਾਂ ਕੁਛ ਵੀ ਨਹੀਂ ਹੁੰਦਾ। ਉਹਨੂੰ ਪਹਿਲਾਂ ਸਮਝਾ ਲਓ, ਬਾਕੀ ਗੱਲਬਾਤ ਕਰ ਲਾਂਗੇ। ਥੈਂਕ ਯੂ। ਹਾਂਜੀ, ਕੀ ਨਾਮ ਜੀ? ਹਰਪ੍ਰੀਤ ਸਿੰਘ ਜੀ। ਹਰਪ੍ਰੀਤ ਜੀ, ਕੀ ਕਹਿਣਾ ਚਾਹੋਗੇ ਜੀ ਅੱਜ ਕਾਨਫਰੰਸ ਦੀ? ਅੱਜ ਦੀ ਕਾਨਫਰੰਸ ਦਾ ਸਾਡਾ ਮੇਨ ਏਜੰਡਾ ਇਹ ਆ ਕਿ ਜਿਹੜੇ ਪੁਰਾਣੇ ਪੁਰਾਤਨ ਅਕਾਲੀ ਜਿਹੜੇ ਅਸੀਂ ਇਹਨਾਂ ਲਈ ਮਰਦੇ ਰਹੇ, ਸਾਰਾ ਕੁਛ ਕਰਦੇ ਰਹੇ, ਇਹਨਾਂ ਸਾਰੇ ਅਕਾਲੀਆਂ ਨੂੰ ਇਗਨੋਰ ਕਰਕੇ ਸਾਡੇ ਅਕਾਲੀਆਂ ਦੇ, ਇਹਨਾਂ ਅਕਾਲੀਆਂ ਦੇ ਵਿੱਚ ਸਰਦਾਰ ਜਸਪਾਲ ਸਿੰਘ ਜੀ ਬੱਬੂ, ਸੁਰਿੰਦਰ ਸਿੰਘ ਜੀ ਚੰਦੀ, ਹੋਰ ਵੀ ਸੰਤ ਸਰੂਪ ਸਿੰਘ ਜੀ, ਉਹਨਾਂ ਸਾਰਿਆਂ ਨੂੰ ਇਗਨੋਰ ਕਰਕੇ ਅਤੇ ਇਹਨਾਂ ਨੇ ਟਿਕਟਾਂ ਜਿਹੜੀਆਂ ਉਹ ਆਪਣੇ ਹਿਤੈਸ਼ੀਆਂ ਨੂੰ ਵੰਡੀਆਂ, ਅਤੇ ਇਹ ਰੱਬ ਜਾਣਦਾ ਸਾਨੂੰ ਤਾਂ ਇੱਕ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮਲਕੀਤ ਸਿੰਘ AR ਜਦੋਂ 7 ਤੋਂ ਲੈ ਕੇ 12 ਤੱਕ MLA ਸੀ, ਉਦੋਂ ਦਾ ਜੰਡਿਆਲਾ ਗੁਰੂ ਨੂੰ ਅਕਾਲੀ ਦਲ ਦੇ ਬੰਦੇ ਨੂੰ ਆਪ ਹਰਾ ਕੇ ਅਤੇ ਜਿਹੜੀ ਨਗਰ ਕੌਂਸਲ ਨੂੰ ਵੇਚਿਆ ਗਿਆ, ਉਦੋਂ ਤੋਂ ਲੈ ਕੇ ਅੱਜ ਤੱਕ ਸਾਡਾ ਨਗਰ ਕੌਂਸਲ ਜੰਡਿਆਲਾ ਗੁਰੂ ਸ਼ਹਿਰ ਜਿਹੜਾ ਵਾ ਉਹ ਵੈਂਟੀਲੇਟਰ 'ਤੇ ਚੱਲ ਰਿਹਾ। ਵੈਂਟੀਲੇਟਰ ਦਾ ਮਤਲਬ ਹੁੰਦਾ ਦੂਜਿਆਂ ਦੇ ਸਾਹਾਂ ਦੇ ਮਤਲਬ ਕਿ ਕਦੀ ਕਿਸੇ ਨੂੰ ਫੜ ਕੇ ਉਹਦੇ ਕੋਲੋਂ ਲੈ ਕੇ ਕੰਮ ਲੈ ਕੇ ਉਹ ਬੰਦੇ ਫਿਰ ਨਹੀਂ ਛੱਡ ਰਹਿੰਦੇ,
ਉਹਦੇ ਉਹਨੇ ਜਿਹੜਾ ਪ੍ਰਧਾਨ ਬਣਾਇਆ ਉਹ 2007 ਤੋਂ ਉਦੋਂ 12 ਤੋਂ ਉਦੋਂ ਹੀ ਉਹ ਕਾਂਗਰਸ ਜੁਆਇਨ ਕਰ ਗਿਆ। ਅੱਜ ਫਿਰ ਸਾਡੇ ਮਾਨਯੋਗ ਹਾਈਕਮਾਂਡ ਦਾ ਵੀ ਆਈ ਡੋਂਟ ਨੋ ਵੀ ਕੀ ਦਿਮਾਗ ਕੀ ਕੰਮ ਕਰਦਾ, ਉਹਨਾਂ ਦੇ ਸਲਾਹਕਾਰ ਕਿੱਦਾਂ ਦੇ ਆ ਕਿ ਕੋਈ ਵੀ ਇਸ ਗੱਲ ਨੂੰ ਨਹੀਂ ਵਹਿੰਦਾ ਵੀ ਜਿਹੜੇ ਪੁਰਾਣੇ ਅਕਾਲੀ ਦਲ ਆ ਉਹ ਅਕਾਲੀ ਦਲ ਨੂੰ ਪੁਰਾਣੇ ਨੂੰ ਮਾਰ ਕੇ ਨਵਾਂ ਅਕਾਲੀ ਦਲ ਸਥਾਪਿਤ ਕੀਤਾ ਜਾ ਰਿਹਾ ਜਿਹੜਾ ਕਿ ਨਹੀਂ ਹੋਣਾ। ਅਤੇ ਬੜੇ ਦੁੱਖ ਨਾਲ ਕਿ ਇਹ ਗੱਲ ਮੈਂ ਹਾਈਕਮਾਂਡ ਨੂੰ ਦੱਸਣਾ ਚਾਹੁੰਦਾ ਕਿ ਜੇ ਸਾਡੇ 'ਚ ਇਹ ਨੀਤੀਆਂ ਨਾ ਹੁੰਦੀਆਂ ਤਾਂ ਅੱਜ ਅਸੀਂ ਓਪੋਜੀਸ਼ਨ 'ਚ ਲੀਡਰ ਤਾਂ ਹੁੰਦੇ। ਸੋ ਮੈਂ ਕਿਤੇ ਇਹਨਾਂ ਕੋਲ ਬੰਦ ਨਹੀਂ ਹੋਈ ਜਲਿਆੜੇ 'ਚ, ਕਈ ਇਹਨਾਂ ਨੇ ਕਤਲ ਕਰਵਾ ਦਿੱਤੇ, ਉਹ ਬੰਦੇ ਬਾਹਰ ਅੱਜ ਇਲੈਕਸ਼ਨ ਲੜਨ ਦੇ ਉਹਦੇ ਤੁਰੇ ਫਿਰਦੇ ਆ, ਕਈ ਕੁਛ ਹੋਇਆ ਆਪੇ ਰਾਜੀਨਾਮਾ ਕਰਾ ਦਿੰਦੇ, ਆਪੇ ਬੰਦਾ ਫੜਾ ਦਿੰਦੇ ਆ, ਕੁਛ ਨਸ਼ਾ ਵਿਕਾਈ ਜਾਂਦੇ ਆ, ਆਪੇ ਮਹੀਨੇ ਲਈ ਜਾਂਦੇ ਆ। ਇਹਨਾਂ ਨੇ 10 ਸਾਲ ਦੇ ਵਿੱਚ ਉਹ ਤਾਂ ਐਸਾ ਕੋਈ ਕੰਮ ਕੀਤਾ ਨਹੀਂ ਜਿਹੜਾ ਹੁਣ ਇਹਨਾਂ ਗਾਂਹ ਕੀ ਕਰ ਦੇਣਾ। ਹੁਣ ਜਦੋਂ ਕਿਸੇ ਨੇ ਲੋਕਾਂ ਨੇ ਨਹੀਂ ਸੁਣੀ ਤਾਂ ਹੁਣ ਦੋਵੇਂ ਘਰ ਇਕੱਠੇ ਹੋ ਗਏ ਆ। ਅੱਜ ਅਕਾਲੀ ਦਲ ਜਿਹੜਾ ਵਾ ਉਹ ਬਾਹਰ ਹੋ ਗਿਆ ਸਾਈਡ 'ਤੇ, ਅਤੇ ਕਾਂਗਰਸੀ ਜਿਹੜੇ ਆ ਉਹ ਅਕਾਲੀ ਦਲ ਦੇ ਬੈਨਰਾਂ 'ਤੇ ਇਲੈਕਸ਼ਨ ਲੜਨ ਡਿਆ। ਲੋਕਾਂ ਦੇ ਕੋਲ ਅੱਜ ਹਰ ਬੰਦੇ ਨੂੰ ਪਤਾ ਵੀ ਕਿਹੜੇ ਕਿਹੜੇ ਬੰਦਿਆਂ ਨੇ ਵਿਧਾਨ ਸਭਾ 2017 ਦੇ ਵਿੱਚ ਵੀ ਡੈਲੀ ਸਾਹਿਬ ਦੇ ਨਾਲ ਸੀਗੇ, ਅੱਜ ਉਹ ਪਤਾ ਨਹੀਂ ਕਿਹੜੇ ਵੇਲੇ, ਸਾਨੂੰ ਨਹੀਂ ਪਤਾ ਲੱਗਾ ਵੀ ਕਿਹੜੇ ਵੇਲੇ ਜਿਹੜੇ ਅਕਾਲੀ ਦਲ ਦੇ ਬੈਨਰ 'ਤੇ ਆ ਗਏ ਆ। ਇਹ 1 ਮਹੀਨਾ ਵੇਂਦੇ, ਜ਼ਿਆਦਾ ਟਾਈਮ ਨਹੀਂ, ਵੱਧ ਤੋਂ ਵੱਧ 1 ਮਹੀਨਾ ਦੇਖਦੇ ਆ ਅਤੇ ਪਲਟੀ ਮਾਰ ਕੇ ਇਹਨੂੰ ਕਦੀਆਂ ਉਹਨੂੰ। ਉੱਥੇ ਸਾਡੇ ਕਿਸਾਨ ਭਰਾ ਜਿੱਦਾਂ ਮੋਦੀ ਹੱਥੋਂ ਤੰਗ ਆ, ਅਤੇ ਸਾਡੇ ਸ਼ਹਿਰ ਦੇ ਲੋਕ ਇਹਨਾਂ ਹੱਥੋਂ ਤੰਗ ਆ ਅਤੇ